ਆਮ ਆਦਮੀ ਪਾਰਟੀ ਚੋਂ ਮੁਅੱਤਲ ਕੀਤੇ ਗਏ ਬਾਗੀ ਧੜੇ ਦੇ ਆਗੂ ਸੁਖਪਾਲ ਖਹਿਰਾ, ਲੋਕ ਇਨਸਾਫ ਪਾਰਟੀ ਦੇ ਬੈਂਸ ਭਰਾਵਾਂ ਅਤੇ ਸੰਸਦ ਮੈਂਬਰ ਤੇ ਪੰਜਾਬ ਮੰਚ ਦੇ ਮੁਖੀ ਡਾਕਟਰ ਧਰਮਵੀਰ ਗਾਂਧੀ ਇੱਕ ਹੁੰਦੇ ਨਜ਼ਰ ਆ ਰਹੇ ਹਨ। ਮਕਸਦ ਸਾਡਾ ਸਾਰਿਆਂ ਦਾ ਇਕੱਠੇ ਹੋਣ ਦਾ, ਇੱਕ ਇਨਸਾਫ ਮਾਰਚ ਦਾ ਐਲਾਨ ਹੈ ਪ੍ਰੋਗਰਾਮ ਦਾ, ਔਰ ਇਹ ਇਨਸਾਫ ਮਾਰਚ ਜਿਹੜਾ ਹੈ ਇਹ 8 ਦਸੰਬਰ ਤੋਂ 16 ਦਸੰਬਰ 2018 ਇਹ ਪਲੈਨ ਕੀਤਾ ਅਸੀਂ ਸਾਰਿਆਂ ਨੇ ਮਿਲ ਕੇ, ਔਰ ਇਸ ਦੀ ਸ਼ੁਰੂਆਤ ਜਿਹੜੀ ਆ ਉਹ ਤਲਵੰਡੀ ਸਾਬੋ ਤੋਂ, ਜਿੱਥੇ ਕਿ ਤਖ਼ਤ ਦਮਦਮਾ ਸਾਹਿਬ ਹੈ ਸਾਡਾ, ਉੱਥੋਂ ਸ਼ੁਰੂਆਤ ਕੀਤੀ ਜਾਵੇਗੀ, ਔਰ ਇਹ 16 ਤਾਰੀਖ ਨੂੰ, 16 ਦਸੰਬਰ ਨੂੰ ਪਟਿਆਲਾ ਜਿਹੜਾ ਕਿ ਇਸ ਵਕਤ ਸੱਤਾ ਦਾ ਕੇਂਦਰ ਹੈ, ਮਹਿਲ ਨੇ ਜਿਹੜੇ ਕਿ ਪੰਜਾਬ 'ਤੇ ਰਾਜ ਕਰ ਰਹੇ ਨੇ ਕੈਪਟਨ ਸਾਹਿਬ ਦੇ ਮਹਿਲ, ਉੱਥੇ ਜਾ ਕੇ ਇਸ ਦੀ ਮਾਰਚ ਦੀ ਸਮਾਪਤੀ ਕੀਤੀ ਜਾਵੇਗੀ, ਔਰ ਇਸ ਮਾਰਚ ਦਾ ਮਕਸਦ ਜਿਹੜਾ ਹੈ ਉਹ ਇੱਕ ਲੋਕ ਲਹਿਰ ਪੈਦਾ ਕਰਨ ਦਾ, ਜੋ ਅੱਜ ਪੰਜਾਬ ਦੇ ਵਿੱਚ ਬੇਇਨਸਾਫੀ ਦਾ ਰਾਜ ਚੱਲ ਰਿਹਾ ਵਾ, ਜਿਸ ਢੰਗ ਦੇ ਨਾਲ ਸਾਰੇ ਪਾਸੇ ਪੰਜਾਬ ਦੇ ਵਿੱਚ ਹਾਹਾਕਾਰ ਮੱਚੀ ਹੋਈ ਹੈ, ਉਸ ਆਵਾਜ਼ ਨੂੰ ਜ਼ਮੀਨ ਤੋਂ ਚੁੱਕ ਕੇ ਪੰਜਾਬ ਦੇ ਸੱਤਾ ਦੇ ਗਲਿਆਰਿਆਂ 'ਚ ਅਤੇ ਭਾਰਤ ਦੀਆਂ ਪਾਵਰ ਕੋਰੀਡੋਰਸ ਵਿੱਚ ਇਸ ਆਵਾਜ਼ ਨੂੰ ਪਹੁੰਚਾਇਆ ਜਾਵੇਗਾ। ਮੰਗਲਵਾਰ ਨੂੰ ਉਕਤ ਆਗੂਆਂ ਨੇ ਇੱਕ ਮੰਚ ਤੇ ਇਕੱਠੇ ਹੋ ਕੇ ਅਸਿੱਧੇ ਤੌਰ ਤੇ ਸਿਆਸੀ ਹੱਥ ਮਿਲਾ ਲਏ ਹਨ ਅਤੇ ਜਲਦੀ ਹੀ ਰਵਾਇਤੀ ਪਾਰਟੀਆਂ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਦੇ ਬਰਾਬਰ ਸਿਆਸੀ ਪਾਰਟੀ ਬਣਾਉਣ ਦੇ ਸੰਕੇਤ ਦਿੱਤੇ ਹਨ। ਇੱਕ ਸਿਆਸੀ ਪਾਰਟੀ 'ਚ ਪਰੋਏ ਜਾਣ ਦੀ, ਇੱਕ ਸਿਆਸੀ ਪਾਰਟੀ ਦੇ ਵਿੱਚ ਪ੍ਰੋਗਰਾਮ ਦੇ ਆਧਾਰ ਤੇ, ਪੰਜਾਬ ਪ੍ਰਤੀ ਪ੍ਰੋਗਰਾਮ ਦੇ ਆਧਾਰ ਤੇ, ਇੱਕ ਸਿਆਸੀ ਟੀਚੇ ਦੇ ਆਧਾਰ ਤੇ, ਇੱਕ ਸਿਆਸੀ ਮਨੋਰਥ ਦੇ ਆਧਾਰ ਤੇ ਪਰੋਏ ਜਾਣ ਦੀ ਉਮੀਦ ਨਾਲ ਅਸੀਂ ਇਸ ਮਤਲਬ ਮੰਚ ਵੱਲੋਂ ਇਸ ਪ੍ਰੋਗਰਾਮ ਸ਼ਾਮਿਲ ਹੋ ਰਹੇ ਹਾਂ, ਔਰ ਉਮੀਦ ਹੈ ਕਿ ਆਉਣ ਵਾਲੇ ਸਮੇਂ 'ਚ ਹੋਰ ਪੰਜਾਬ ਪੱਖੀ ਧਿਰਾਂ ਵੀ, ਚਾਹੇ ਛੋਟੇ ਪਰ ਸਾਹਿਬ ਹੋਣ, ਚਾਹੇ ਉਹ ਕੋਈ ਜਗਮੀਤ ਬਰਾੜ ਹੋਣੀ ਹੋਣ, ਅਸੀਂ ਹਰ ਉਹ ਦਰਵਾਜ਼ਾ ਖਟਖਟਾਵਾਂਗੇ ਜਿਹੜਾ ਪੰਜਾਬੀ ਕੌਮ ਨੂੰ ਇਕੱਠਾ ਕਰਦਾ ਹੋਵੇ, ਹਰ ਉਹ ਦਰਵਾਜ਼ਾ ਖਟਖਟਾਵਾਂਗੇ ਜਿਹੜਾ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਹੋਵੇ, ਹਰ ਉਹ ਦਰਵਾਜ਼ਾ ਖਟਖਟਾਵਾਂਗੇ ਜਿਹੜਾ ਪੰਜਾਬ ਦੇ 70 ਸਾਲ ਦੀ ਪੋਲੀਟੀਕਲ ਅਰੇਂਜਮੈਂਟ, ਜੋ ਹਿੰਦੁਸਤਾਨ ਦੀ ਸੱਗ ਚਲਾ ਰਿਹਾ ਹੈਗਾ, ਉਹਨੂੰ ਤੋੜਨ ਦੀ ਉਹ ਇੱਥੇ ਨਵਾਂ ਉਸਾਰਨ ਦੀ ਗੱਲ ਕਰਦਾ ਹੋਵੇ। ਤੁਹਾਨੂੰ ਦੱਸ ਦਈਏ ਕਿ ਆਮ ਆਦਮੀ ਪਾਰਟੀ ਤੋਂ ਸੁਖਪਾਲ ਖਹਿਰਾ ਤੇ ਧਰਮਵੀਰ ਸਿੰਘ ਗਾਂਧੀ ਨੂੰ ਸਸਪੈਂਡ ਕੀਤਾ ਹੋਇਆ ਅਤੇ ਇਹ ਆਉਣ ਵਾਲਾ ਇਨਸਾਫ ਮਾਰਚ ਇਹਨਾਂ ਦੋਵਾਂ ਲਈ ਕਿਹੜੀ ਰਣਨੀਤੀ ਤੈਅ ਕਰਦਾ ਹੈ, ਇਹ ਤਾਂ ਆਉਣ ਵਾਲਾ ਟਾਈਮ ਹੀ ਦੱਸੇਗਾ। ਬਿਊਰੋ ਰਿਪੋਰਟ, ਜੀਵੇ ਪੰਜਾਬ ਟੀਵੀ।